ਬਾਕੀ ਅਸੀਂ ਇਹਨਾਂ ਨੂੰ ਜਿਹੜਾ ਸਾਫ ਇਹ ਗੱਲ ਕਹਿਤੀ ਹੈ ਕਿ ਜਦੋਂ ਮਤਲਬ ਤੁਹਾਡੇ ਲੈਵਲ ਦਾ ਕੰਮ ਨਹੀਂ ਰਿਹਾ, ਜ਼ਿਲ੍ਹਾ ਲੈਵਲ ਦੀ ਕੋਈ ਵੀ ਐਡਮਿਨਿਸਟ੍ਰੇਟਰ ਇਨਵੋਲਵ ਨਹੀਂ ਹੈ, ਸਰਕਾਰ ਹੀ ਵੱਡੇ ਲੈਵਲ ਤੋਂ ਮੁੱਕਰ ਰਹੀ ਹੈ ਜਾਂ ਜਿਹੜੇ ਹਾਈਐਸਟ ਆਫਿਸਰ ਆ ਜਿਨ੍ਹਾਂ ਦੇ ਕਹਿਣ 'ਤੇ ਮਤਲਬ ਚਲਾਣ ਹੋਣੇ ਆ ਜਾਂ ਚਲਾਣਾਂ ਦੇ ਬੇਸਡ ਕੇਸ ਖੜਾ ਹੈਗਾ, ਵੱਡੇ ਲੈਵਲ 'ਤੇ ਜਿਹੜੇ ਅਧਿਕਾਰੀ ਮੁੱਕਰੇ ਹੋਏ ਆ, ਸਪੀਕਰ ਹੋਇਆ ਹਰਜੋਤ ਬੈਂਸ ਹੋ ਗਏ ਜਾਂ ਹੋਰ ਵੀ ਜਿਹੜੇ ਕੈਬਨਿਟ ਮਿਨਿਸਟਰ ਸੀਗੇ, ਤਾਂ ਅਸੀਂ ਮਤਲਬ ਤੁਹਾਡੇ ਨਾਲ ਜਿੰਨਾ ਕੋਪਰੇਟ ਕਰ ਸਕਦੇ ਹੋ ਅਸੀਂ ਕਰਦੇ ਹਾਂ। ਜਿਨ੍ਹਾਂ ਨੂੰ ਮਾਪੇ ਛੱਡਣ ਜਾਂਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਲੋਕਲ ਪਿੰਡ ਵਾਲਿਆਂ ਨੂੰ ਇੱਥੇ ਕੋਈ ਪ੍ਰੋਬਲਮ ਨਹੀਂ। ਨੋਰਮਲੀ ਬਸ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਜਾਰੀ ਰੱਖਾਂਗੇ, ਇਹ ਚੱਲ ਵੀ ਰਿਹਾ। ਬਹਿਬਲ ਕਲਾਂ ਦੇ ਵਿੱਚ ਬੇਅਦਬੀ ਇਨਸਾਫ ਮੋਰਚੇ ਨੂੰ ਲਗਾਤਾਰ 4 ਦਿਨ ਹੋ ਗਏ ਜੋ ਨੈਸ਼ਨਲ ਹਾਈਵੇ ਇਹਨਾਂ ਵੱਲੋਂ ਜਾਮ ਕੀਤਾ ਹੋਇਆ, ਤਾਂ ਲਗਾਤਾਰ ਜਿਹੜਾ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਇਹਨਾਂ ਦਾ ਰਾਬਤਾ ਜਿਹੜਾ ਮੋਰਚੇ ਦੇ ਆਗੂਆਂ ਦੇ ਨਾਲ ਲਗਾਤਾਰ ਕਾਇਮ ਕਰ ਰਿਹਾ। ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਜਿਹੜਾ ਫਰੀਦਕੋਟ ਦੇ DC ਮੈਡਮ ਅਤੇ ਨਾਲ ਹੀ ਉਹਨਾਂ ਦੇ SSP ਫਰੀਦਕੋਟ ਇੱਥੇ ਪਹੁੰਚੇ ਹੈ, ਮੋਰਚੇ ਦੇ ਆਗੂਆਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਕਿ ਆਖਰ ਜਿਹੜੇ ਲੋਕਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਪਰੇਸ਼ਾਨੀਆਂ ਆ ਰਹੀਆਂ, ਕਿਉਂਕਿ ਜਿਹੜਾ ਨੈਸ਼ਨਲ ਹਾਈਵੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹ ਰੋਡ ਜਾਂਦੀ ਹੈ, ਬਠਿੰਡੇ ਤੋਂ ਡੱਬਵਾਲੀ ਤੋਂ ਦੂਜੇ ਪਾਸੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਪਠਾਨਕੋਟ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਨੇ ਅੱਗੇ ਜਾਣਾ ਹੁੰਦਾ ਹੈ। ਇਸੇ ਤਰ੍ਹਾਂ ਉਹਨਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੋਕ ਇੱਥੋਂ ਦੀ ਹਰ ਦਿਨ ਲੰਘਦੇ ਆ ਅਤੇ ਉਹਨਾਂ ਨੂੰ ਬਹੁਤ ਵੱਡੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰ ਜਿਹੜਾ ਇਹ ਰਸਤਾ ਹੈ ਉਹ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਨਾਲ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਇੱਕ ਸਾਈਡ ਵੀ ਖੋਲ੍ਹ ਦਿੱਤੀ ਜਾਵੇ ਤਾਂ ਵੀ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਕਿਉਂਕਿ ਜੇ ਆਪਾਂ ਗੱਲ ਕਰੀਏ ਜਿਸ ਪਾਸੇ ਦੇ ਰੂਟ ਪਲਾਨ ਜਿਹੜੇ ਤਿਆਰ ਕੀਤੇ ਗਏ ਜਾਂ ਪਿੰਡਾਂ ਵਿੱਚ ਦੀ ਤਿਆਰ ਕੀਤੇ ਗਏ ਜਾਂ ਜਿਹੜਾ ਜੈਤੋਂ ਦੇ ਵਿੱਚ ਦੀ ਜਿਹੜਾ ਰੂਟ ਪਲਾਨ ਤਿਆਰ ਕੀਤਾ ਗਿਆ, ਉਹ ਸੜਕਾਂ ਕਾਫੀ ਜਿਹੜੀਆਂ ਪੀੜੀਆਂ ਅਤੇ ਲੋਕਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਉੱਥੇ ਕਰਨਾ ਪੈਂਦਾ ਹੈ, ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਥੇ ਉਹਨਾਂ ਦੀ ਜਿਹੜੀ ਮੋਰਚੇ ਦੇ ਆਗੂਆਂ ਦੇ ਨਾਲ ਲਗਾਤਾਰ ਉਹਨਾਂ ਦਾ ਜਿਹੜਾ ਰਾਬਤਾ ਚੱਲ ਰਿਹਾ, ਭਾਵੇਂ ਕਿ IG ਫਰੀਦਕੋਟ ਉਹ ਲਗਾਤਾਰ ਪਹੁੰਚਦੀ ਹੈ, SSP ਇੱਥੇ ਪਹੁੰਚਦੇ ਹੈ, ADC ਪਹੁੰਚਦੇ ਹੈ, DC ਪਹੁੰਚਦੇ ਹੈ, ਤਮਾਮ ਜਿਹੜੇ ਅਫਸਰ ਹੈ ਇਸ ਮੋਰਚੇ ਦੇ ਵਿੱਚ ਇਹਨਾਂ ਦੇ ਆਗੂਆਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਨੇ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਪਰੇਸ਼ਾਨੀ ਨਾ ਆਵੇ। ਪਰ ਦੂਜੇ ਪਾਸੇ ਆਗੂਆਂ ਦਾ ਇਹੀ ਕਹਿਣਾ ਕਿ ਜਿੰਨਾ ਟਾਈਮ ਜਿਹੜਾ ਸਰਕਾਰ ਹੈ, ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਇਹਨਾਂ ਦੇ ਨਾਲ ਇਹਨਾਂ ਦਾ ਮੰਨਣਾ ਕਿ ਵਾਅਦੇ ਕੀਤੇ ਸੀ, ਜੋ ਇੱਥੇ ਮੰਤਰੀ ਪਹੁੰਚੇ ਹੈ, MLA ਪਹੁੰਚੇ ਹੈ, ਜਾਂ ਜੇ ਆਪਾਂ ਵਿਧਾਨ ਸਭਾ ਦੇ ਸਪੀਕਰ ਦੀ ਗੱਲ ਕਰੀਏ ਜੇ ਸਪੀਕਰ ਸਾਹਿਬ ਇੱਥੇ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਹੈ, ਤਾਂ ਉਹਨਾਂ ਨੇ ਵੀ ਵਾਅਦੇ ਕੀਤੇ ਸੀਗੇ, ਤਾਂ ਉਹ ਵਾਅਦੇ ਅੱਜ ਤੱਕ ਉਹ ਜਿਹੜੇ ਉਹਨਾਂ ਵਾਅਦਿਆਂ 'ਤੇ ਉਹ ਕਾਮਯਾਬ ਨਹੀਂ ਹੋਏ, ਉਸ ਨੂੰ ਲੈ ਕੇ ਵੀ ਇਹਨਾਂ ਦੇ ਵਿੱਚ ਕਾਫੀ ਨਿਰਾਸ਼ਤਾ ਹੈ, ਰੋਸ ਹੈ। ਤਾਂ ਤਮਾਮ ਜਿਹੜੀਆਂ ਇਹ ਸਵਾਲ ਹੈ ਇਹਨਾਂ ਪ੍ਰਸ਼ਾਸਨ ਦੇ ਅੱਗੇ ਲੱਗਦੇ ਆ ਕਿ ਜਿਹੜੀ ਪੰਜਾਬ ਸਰਕਾਰ ਨਾਲ ਜਿਹੜਾ ਤੁਸੀਂ ਰਾਬਤਾ ਬਣਾਓ, ਅਜਿਹਾ ਕੋਈ ਨੁਮਾਇੰਦਾ ਜਾਂ ਵਿਸ਼ਵਾਸ ਪਾਤਰ ਜਿਹੜਾ ਇੱਥੇ ਭੇਜਿਆ ਜਾਵੇ ਜਿਸ 'ਤੇ ਵਿਸ਼ਵਾਸ ਪੂਰੀ ਸੰਗਤ ਨੂੰ ਹੋਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮੋਰਚਾ ਜਾਮ ਦੀ ਬਜਾਏ ਮੋਰਚਾ ਹੀ ਉਠਾਇਆ ਜਾਵੇ ਜੇ ਉਹਨਾਂ ਨੂੰ ਇਨਸਾਫ ਮਿਲਦਾ ਤਾਂ। ਦੇਖਦੇ ਹਾਂ ਹੁਣ ਲਗਾਤਾਰ ਇੱਥੇ ਜਿਹੜਾ ਅਧਿਕਾਰੀ ਪਹੁੰਚਦੇ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਧਿਕਾਰੀਆਂ ਦੇ ਨਾਲ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ। ਜਿਹੜਾ ਇਹ ਧਰਨੇ ਕਰਕੇ ਰੋਡਸ ਬਲੋਕ ਦਾ ਇਸ਼ੂ ਹੈ, ਉਹਨੂੰ ਪੁਲਿਸ ਨੇ ਸਾਰੇ ਆਲਟਰਨੇਟ ਰੂਟਸ ਬਣਾਏ ਹੋਏ ਹੈ, ਉਹਨਾਂ ਰਾਹੀਂ ਸਾਨੂੰ ਪਤਾ ਹੈ ਕਿ ਲੋਕਾਂ ਨੂੰ ਕਾਫੀ ਉਹਦੇ ਕਰਕੇ ਇਨਕਨਵੀਨੀਅੰਸ ਵੀ ਹੋ ਰਹੀ ਹੈ, ਬਟ ਆਲਟਰਨੇਟ ਰੂਟਸ ਦਿੱਤੇ ਹੋਏ ਤਾਂ ਕਿ ਕਿਸੇ ਨੂੰ ਇਹ ਦਿੱਕਤ ਨਾ ਆਵੇ ਕਿ ਜਾਣ ਵਾਸਤੇ ਕੋਈ ਰਸਤਾ ਨਹੀਂ ਹੈ। ਉਹ ਜਿਹੜਾ ਪ੍ਰੋਸੈਸ ਹੈਗਾ ਇਹਨਾਂ ਦੀਆਂ ਜੋ ਡਿਮਾਂਡਸ ਹੈ ਉਹ ਸਰਕਾਰ ਦੇ ਧਿਆਨ ਵਿੱਚ ਹੈਗੀਆਂ ਹੈ, ਉਹਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ। ਦੇਖੋ ਇਹ ਇੱਕ ਜਿਹੜਾ ਡਿਸੀਜਨ ਹੈਗਾ ਹੈ ਇਹ ਉਤਲੇ ਪੱਧਰ 'ਤੇ ਹੋਣਾ ਹੈਗਾ, ਸੋ ਉਹਦੇ ਬਾਰੇ ਅਸੀਂ ਕੁਝ ਕਮੈਂਟ ਨਹੀਂ ਕਰ ਸਕਦੇ। ਨਹੀਂ, ਅਸੀਂ ਬੇਸਿਕਲੀ ਸਾਡਾ ਤਾਂ ਇਹੀ ਮੁੱਦਾ ਹੈਗਾ ਕਿ ਜਿਹੜੀ ਇੱਥੇ ਇਨਕਨਵੀਨੀਅੰਸ ਹੋ ਰਹੀ ਹੈ, ਜਿਹੜਾ ਰਸਤਾ ਬੰਦ ਹੋਇਆ ਹੈ ਉਹਦੇ ਰਿਗਾਰਡਿੰਗ ਹੀ ਹੈਗਾ, ਸੋ ਜੋ ਡਿਸਕਸ਼ਨ ਹੈ ਜੋ ਨੈਗੋਸੀਏਸ਼ਨ ਹੈ ਉਤਲੇ ਪੱਧਰ 'ਤੇ ਹੋ ਰਹੀ ਹੈ, ਅਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਇਹਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ ਇੱਥੋਂ। ਅੱਜ ਇਹ ਤਾਂ ਮਤਲਬ ਡੇਲੀ ਜਿਹੜਾ ਇਹਨਾਂ ਦਾ ਡੇਲੀ ਰੂਟੀਨ ਚੈਕਿੰਗ ਆ ਸਕਿਉਰਟੀ ਨੂੰ ਲੈ ਕੇ ਇੱਥੇ ਨਾਕੇ ਵਗੈਰਾ 'ਤੇ ਉਸ ਦੇ ਲਈ ਆਏ ਸੀ। ਬਾਕੀ ਅਸੀਂ ਇਹਨਾਂ ਨੂੰ ਜਿਹੜਾ ਸਾਫ ਇਹ ਗੱਲ ਕਹਿਤੀ ਹੈ ਕਿ ਜਦੋਂ ਮਤਲਬ ਤੁਹਾਡੇ ਲੈਵਲ ਦਾ ਕੰਮ ਨਹੀਂ ਰਿਹਾ, ਲੰਮੇ ਸਮੇਂ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਸ 'ਤੇ ਜ਼ਿਲ੍ਹਾ ਲੈਵਲ ਦੀ ਕੋਈ ਵੀ ਐਡਮਿਨਿਸਟ੍ਰੇਟਰ ਇਨਵੋਲਵ ਨਹੀਂ ਹੈ, ਤਾਂ ਅਸੀਂ ਮਤਲਬ ਜਦੋਂ ਤੁਹਾਡੇ ਸਰਕਾਰ ਹੀ ਵੱਡੇ ਲੈਵਲ ਤੋਂ ਮੁੱਕਰ ਰਹੀ ਹੈ ਜਾਂ ਜਿਹੜੇ ਹਾਈਐਸਟ ਆਫਿਸਰ ਆ ਜਿਨ੍ਹਾਂ ਦੇ ਕਹਿਣ 'ਤੇ ਮਤਲਬ ਚਲਾਣ ਹੋਣੇ ਆ ਜਾਂ ਚਲਾਣਾਂ ਦੇ ਬੇਸਡ ਕੇਸ ਖੜਾ ਹੈਗਾ, ਤਾਂ ਉਹਦੇ ਕਰਕੇ ਵੀ ਵੱਡੇ ਲੈਵਲ 'ਤੇ ਜਿਹੜੇ ਅਧਿਕਾਰੀ ਮੁੱਕਰੇ ਹੋਏ ਆ, ਸਪੀਕਰ ਹੋਇਆ ਹਰਜੋਤ ਬੈਂਸ ਹੋ ਗਏ ਜਾਂ ਹੋਰ ਵੀ ਜਿਹੜੇ ਕੈਬਨਿਟ ਮਿਨਿਸਟਰ ਸੀਗੇ, ਤਾਂ ਅਸੀਂ ਮਤਲਬ ਤੁਹਾਡੇ ਨਾਲ ਜਿੰਨਾ ਕੁ ਕੋਪਰੇਟ ਕਰ ਸਕਦੇ ਹੋ ਅਸੀਂ ਕਰ ਰਹੇ ਹਾਂ। ਜਿਹੜੀ ਲੋਕਲ ਸੰਗਤ ਆ, ਲੋਕਲ ਲੋਕ ਆ, ਵੈਨ ਆ, ਸਕੂਲ ਵੈਨਸ ਆ, ਸਟਾਫ ਆ ਜਿਹੜਾ ਸਕੂਲਾਂ ਦਾ,
बाकी जिहड़े बच्चे जिन्हां नूं मापे छड्डन जांदे आ उन्हां नूं कोई प्रॉब्लम नहीं है, लोकल पिंड वालों नूं इत्थों कोई प्रॉब्लम नहीं है। होर किसी ना कोई इस तरह की गलबात नहीं हुई, नॉर्मली बस असी अपना जिहड़ा प्रोटेस्ट आ जारी रखांगे, ये चल भी रहा। उन्होंने उही है, उन्होंने कहा भी तुसीं कोई वधिया पॉजिटिव सुनेहा लैके आओ तां उहदे ते असीं जरूर जिहड़ा विचार करांगे। हजे तक तां सानूं भी जिहड़ा कोई पॉजिटिव सुनेहा इत्थों नहीं मिलिया। तां इह सन डीसी फरीदकोट डॉक्टर रोही दुग, तो उन्होंने दस्या कि असी जिहड़ा इन्हां दे नाल इही गलबात साडे वल्लों जारी है कि जिहड़ा लोकां नूं कितें ना कितें जिहड़ी परेशानी आ रही है वह परेशानियां जिहड़ियां दूर हो जाण। इह मोर्चे दे आगूआं नाल इस हिसाब दे नाल जिहड़ी गलबात कीती जा रही है, तो उन्होंने कहा कि इस जिहड़ा लगातार जिहड़ा जिले दा पुलिस ते सिविल प्रशासन दे नाल राबता बना रहा है भी लोगों नूं कोई परेशानी ना आवे, लोग जिहड़े सही तरीके दे नाल इत्थों लंघदे रहण। ते बाकी दूजी नाल उन्होंने गलबात कीती है कि सरकारां भी लगातार जिहड़ा इन्हां नूं इंसाफ जिहड़ा मनदे है उस देण लई जिहड़ियां तत्पर ने। देखते हैं हुण आने वाले समय के रोड है जिहड़ा NH 54 लगातार जारी रहेगा जां कितें ना कितें ये खोल के जिहड़ियां लोगों आ रही परेशानियां वो दूर होणगियां। गुरजीत सिंह रमाणा, D5 चैनल पंजाबी, बहबल कलां, फरीदकोट। होएगी किसानां दी गल, नवी खेती मशीनां बीजां ते बागां दी गल, लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी, हुणे सबस्क्राइब करो, बेल आइकन ते क्लिक करो। निडर हां, निरपक्ष रहांगे, आजाद हां, सच कहांगे, गल करांगे सियासी हवा दी, होणगे हुकमराना नूं सिद्धे सवाल, सब तो पहलां पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बनके, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक।